ਹਾਂਜੀ ਸਰ, ਕੀ ਨਾਮ ਆ ਤੁਹਾਡਾ? ਮੈਂ ਸਤੀਸ਼ ਕੁਮਾਰ ਨਾਹਰ। ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ, ਪ੍ਰਧਾਨ ਭਾਰਤੀ ਜਨਤਾ ਪਾਰਟੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੋਣਾਂ ਦੌਰ ਚੱਲ ਰਿਹਾ, ਵੋਟਾਂ ਦੌਰ ਚੱਲ ਰਿਹਾ ਵਾ, ਉਹ ਹਰ ਕੈਂਡੀਡੇਟ ਆਪਣਾ ਜ਼ੋਰ ਲਗਾ ਰਹੇ ਆ, ਠੀਕ ਹੈ ਨੀ। ਸਾਡਾ ਹਲਕਾ ਖਡੂਰ ਸਾਹਿਬ ਤੋਂ ਏਕਤਾ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਸਾਂਝੇ ਉਮੀਦਵਾਰ ਨਾਲ ਸਰਦਾਰ ਪਰਮਜੀਤ ਸਿੰਘ, ਔਰ ਮੈਂ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ, ਖਡੂਰ ਸਾਹਿਬ ਹਲਕੇ ਜਿੰਨੇ ਵੀ ਆਉਂਦੇ ਆ, ਕਿ ਆਉਣ ਵਾਲੇ ਸਮੇਂ ਨੂੰ 1 ਤਰੀਕ ਦਿਨ ਸ਼ਨੀਵਾਰ ਨੂੰ 1-1 ਵੋਟ ਤੌਰ ਤੇ ਨਿਸ਼ਾਨ ਤੇ ਦਬੜਨ ਦਬਾ ਕੇ ਸਰਦਾਰ ਪਰਮਜੀਤ ਸਿੰਘ ਨੂੰ ਆਪਣੇ ਰੋਸਾ ਵਿੱਚ ਜਾਓ, ਕਿਉਂਕਿ ਗਰੀਬ ਦੀ ਸੁਣਵਾਈ ਗਰੀਬ ਹੀ ਕਰ ਸਕਦਾ ਵਾ। ਉਹ ਜਿਹੜੇ ਤੇਰੇ ਸ਼ਾਹੂਕਾਰ ਆ, ਸਰਮਾਏਦਾਰ ਆ, ਉਹਨਾਂ ਨੂੰ ਪਤਾ ਗਰੀਬ ਗਰੀਬੀ ਕੀ ਹੈ। ਸੋ ਮੇਰੀ ਹਲਕੇ ਦੇ ਖਡੂਰ ਸਾਹਿਬ ਦੇ ਵੋਟਰਾਂ ਨੂੰ ਕੱਲੇ ਅਪੀਲ ਆ ਕਿ ਜਾਗੋ, ਇਹ ਸਮਾਂ ਜਾਗਦਾ ਵਾ, ਵੋਟ ਬੋਟ ਕਰ ਆਪਣੇ ਅੰਦਰ ਝਾਤੀ ਮਾਰ ਲਈਏ, ਕਿ 5 ਸਾਲ ਕਿਹੜਾ ਕੰਮ ਤੁਹਾਡੇ ਹੁੰਦਾ ਵਾ। ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਭਾਰਤੀ ਜਨਤਾ ਪਾਰਟੀ ਏਕਤਾ ਪਾਰਟੀ ਨੂੰ, ਕਿ ਉੱਥੇ ਵੋਟ ਪਰਮਜੀਤ ਪਾਰਟੀ ਤੌਰ ਦਾ ਨਿਸ਼ਾਨ ਬਣਨ ਤੱਕ ਦੇ ਉਹਨੂੰ ਕਾਮਯਾਬ ਆ। ਜੈ ਭੀਮ ਜੈ ਭਾਰਤ। ਸਾਹਿਬ ਜਿਹੜਾ ਤੁਹਾਡਾ ਕਹਿਣੇ ਦਾ, ਪਰਮਜੀਤ ਸਿੰਘ ਤੁਸੀਂ ਕਾਫੀ ਦਿਨਾਂ ਤੋਂ 9 ਹਲਕਿਆਂ ਵਿੱਚ ਵਿਚਰ ਰਹੇ ਹੋ, ਤੁਸੀਂ ਰੋਡ ਸ਼ੋਅ ਵੀ ਕਰਦੇ, ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਲੋਕਾਂ ਵੱਲੋਂ? ਵਧੀਆ ਹੁੰਗਾਰਾ ਮਿਲਿਆ ਜੀ, ਕਿਉਂਕਿ ਲੋਕ ਜਾਗਦੇ ਆ। ਲੋਕਾਂ ਨੇ ਪਹਿਲਾਂ ਇੱਕ ਬਦਲਾਅ ਦੀ ਰਾਜਨੀਤੀ, ਬਦਲਾਅ ਦੀ ਪਾਰਟੀ ਦੇਖੀ, ਬਦਲਾਅ ਹੋ ਜੂਗਾ। ਉਹ ਬਦਲਾਅ ਕੈਸਾ ਹੋ ਗਿਆ? ਬਦਲਾਅ ਕੈਸਾ ਹੋ ਗਿਆ? ਘਰ ਘਰ ਨਸ਼ਾ ਵਿਚ ਲੱਗ ਪਿਆ, ਐਸਾ ਬਦਲਾਅ ਹੋ ਗਿਆ ਜੀ। ਘਰ ਘਰ ਨਸ਼ਾ ਵਿਚ ਲੱਗ ਪਿਆ, ਗੋਲੀ ਬਾਰੀ ਚੱਲ ਲੱਗ ਪਈ ਆ, ਲੋਕ ਸਲਾਹਾਂ ਰੱਖਣ ਲੱਗ ਪਏ ਆ, ਜਿਵੇਂ ਲੋਕ ਸੋਟੀਆਂ ਵਗੈਰਾ ਘਰ ਹੱਥ ਸੀ ਜਿਵੇਂ। ਡਾਕਟਰ ਭਗਵੰਤ ਮਾਨ ਨੇ ਕਿਹਾ ਸਰਕਾਰ ਜਦੋਂ ਬਣੇਗੀ ਪੰਜਾਬ 'ਚ, ਤੇ 2500 ਰੁਪਇਆ ਬੁਢਾਪਾ ਪੈਨਸ਼ਨ, 1000 ਰੁਪਇਆ ਔਰਤਾਂ ਦੇਣਗੇ, ਜਿਹੜੇ ਕਿ ਦੋਵਾਂ ਵਾਦੇ ਪੂਰੇ ਨਹੀਂ ਕੀਤੇ। ਤੁਹਾਨੂੰ ਕਹਿ ਰਹੇ ਕਿ ਅਸੀਂ 1100 ਰੁਪਇਆ ਦੇਵਾਂਗੇ ਲੇਡੀਜ਼ ਨੂੰ ਆਫਟਰ ਇਲੈਕਸ਼ਨ, ਤੁਸੀਂ ਕਿੱਦਾਂ ਲੈਂਦੇ ਹੋ? ਨਾਰਾ ਤੇ ਲਾਰਾ ਰਾਜ, ਨਾਰਾ ਤੇ ਲਾਰਾ। ਭਗਵੰਤ ਮਾਨ ਸਾਹਿਬ ਜੀ ਉੱਠਦੇ ਜਦੋਂ ਤੇ ਕੁਛ ਕਹਿੰਦੇ ਆ, ਸੁਣਦੇ ਤੇ ਕੁਛ ਕਹਿੰਦੇ ਆ। ਜੇ 1000 ਰੁਪਇਆ ਨੀ ਪਾਇਆ 2-2.5 ਸਾਲ ਦੇ ਵਿੱਚ, ਤੇ 1100 ਕਿੱਥੋਂ ਪਾ ਦੇਣਾ? ਔਰ ਪੰਜਾਬ ਦਾ ਅੱਗੇ ਖਜ਼ਾਨਾ ਖਾਲੀ ਦਿਖਾਉਂਦੇ ਆ। ਇਹਨਾਂ ਦੇ ਮੰਤਰੀ ਦੇਖ ਲਓ, ਕੋਈ ਬਲਾਤਕਾਰ ਵੀ ਫਸੀ ਜਾਂਦਾ, ਕੋਈ ਸ਼ਰੀਰ ਵੀ ਫਸੀ ਜਾਂਦਾ, ਕੋਈ ਭ੍ਰਿਸ਼ਟਾਚਾਰ ਵੀ ਫਸੀ ਜਾਂਦਾ। ਜਿਹੜੇ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰ ਨੱਥ ਪਾਉਣੀ, ਉਹ ਸਭ ਤੋਂ ਭ੍ਰਿਸ਼ਟ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਈ ਆ। ਜੇ ਲਾਜਪਤ ਭੁੱਲਰ ਦੀ ਗੱਲ ਕਰ ਲਈਏ, ਸ਼ਰਮ ਕਹਿੰਦਾ ਕਹਿੰਦਾ ਇਹ ਗੁੰਜੀਗਰ ਸੁਨਿਆਰੇ, ਉਹ ਜਿਹੜਾ ਅੱਜ ਹੰਕਾਰ ਚ ਬੋਲਦਾ ਜਿਤਨਬਾਜ਼ੀ ਕਰੇਗਾ, ਠੀਕ ਹੈ। ਸੋ ਮੇਰੇ ਹਰ ਵੋਟਰ ਨੂੰ ਅਪੀਲ, ਹੱਥ ਜੋੜ ਕੇ ਬੇਨਤੀ ਵੀ ਆ, ਕਿ ਇੱਕ ਗਮੇਰ ਟਾਰ ਤੇ ਨਿਸ਼ਾਨ ਤੇ ਪਾ ਕੇ ਸਰਦਾਰ ਪਰਮਜੀਤ ਸਿੰਘ ਨੂੰ ਕਾਂਗਰਸ ਬਣਾਓ। ਇਹਨੇ ਕਹਿੰਦਾ ਕਿਵੇਂ ਜਾ ਸਕਦਾ, ਜੈ ਭੀਮ ਜੈ ਭਾਰਤ।